ਜੀਰਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਲੀਡ ਚੱਲ ਰਹੀ ਹੈ ਔਰ ਲੋਕਾਂ 'ਚ ਤੁਸੀਂ ਵੀ ਬਹੁਤ ਘੁੰਮੇ ਹੋ, ਕਾਫੀ ਜਾਂਦੇ ਰਹੇ ਹੋ, ਕਿਸ ਤਰ੍ਹਾਂ ਦੇਖਦੇ ਹੋ? ਗੱਲ ਇਹ ਹੈ ਕਿ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਲੋਕਤੰਤਰ ਆ, ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਜਿਹੜਾ ਹੱਕ ਆ, ਔਰ ਲੋਕਾਂ ਨੇ ਜਿਹੜਾ ਫਤਵਾ ਉਹ ਜਿਹੜਾ ਕਿ ਭਾਈ ਅੰਮ੍ਰਿਤਪਾਲ ਜੀ ਨੂੰ ਦਿੱਤਾ, ਮੈਂ ਉਹਨਾਂ ਨੂੰ, ਭਾਈ ਅੰਮ੍ਰਿਤਪਾਲ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਦੇਣਾ, ਔਰ ਸਾਰੇ ਹੀ ਖਾਲਿਸਤਾਨ ਦੀ ਸੋਚ ਨਾਲ ਜੁੜੇ ਹੋਏ ਸਾਥੀਆਂ ਨੂੰ, ਔਰ ਮੈਂ ਸ਼੍ਰੀ ਖਡੂਰ ਸਾਹਿਬ ਦੇ ਇੱਕ ਇੱਕ ਵੋਟਰ ਭੈਣ ਭਰਾ ਨੂੰ, ਕਿਉਂਕਿ ਇੱਕ ਹੁਣੇ ਹੁਣੇ ਰਿਜ਼ਲਟ, ਅਜੇ ਤਾਂ ਲੀਡ ਜਿਹੜੀ ਚੱਲ ਰਹੀ ਆ, ਹੁਣੇ ਹੁਣੇ ਸਾਡੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਰਿਤਿਕ ਜੀ ਨੂੰ ਜਿਹੜੀ ਰਿਕਾਰਡਿੰਗ ਵੀ ਮੈਂ ਹੁਣੇ ਥੋੜ੍ਹੇ ਟਾਈਮ 'ਚ ਪੇਸ਼ ਕਰਾਂਗਾ, ਉਹਨੂੰ ਹੁਣੇ ਇੱਕ ਲੰਡੇ ਹਰੀਕੇ ਦੀ ਕਾਲ ਆਈ ਹੈ ਕਿ ਤੂੰ ਜੀਰੇ ਦੀ ਮਦਦ ਬਹੁਤ ਕੀਤੀ, ਜਾਂ ਤਾਂ 2 ਕਰੋੜ ਰੁਪਈਆ ਦੇ ਦੇ, ਤਾਂ ਨਹੀਂ ਤਾਂ ਤੈਨੂੰ ਦੁਕਾਨ 'ਤੇ ਆਣ ਕੇ ਠੋਕਾਂਗਾ। ਔਰ ਲੋਕ ਵਾਕਈ, ਪਹਿਲਾਂ ਕਾਂਗਰਸ ਪਾਰਟੀ ਨੇ ਜਦੋਂ ਡਿਵੈਲਪਮੈਂਟ ਕੀਤੀ ਤਾਂ ਲੋਕ ਉਦੋਂ ਚਾਹੁੰਦੇ ਸੀਗੇ ਕਿ ਡਿਵੈਲਪਮੈਂਟ ਦੀ ਲੋੜ ਨਹੀਂ, ਸਾਨੂੰ ਬਦਲਾਅ ਦੀ ਲੋੜ ਆ, ਅਤੇ ਆਪ ਵਾਲੇ ਲੈ ਜਾਂਦੇ। ਔਰ ਅੱਜ ਜਿਹੜਾ ਬਦਲਾਅ ਆ, ਅੱਜ ਇੱਕ ਨਵਾਂ ਬਦਲਾਅ ਹੁਣ ਲੋਕਾਂ ਦੇ ਵਿੱਚ ਆਵੇਗਾ, ਔਰ ਗੈਂਗਸਟਰਾਂ ਦੀਆਂ ਕੌਲਾਂ, ਖਾਲਿਸਤਾਨੀਆਂ ਦੀਆਂ ਕੌਲਾਂ ਉਹ ਲੋਕਾਂ ਤੱਕ ਆਉਣਗੀਆਂ। ਔਰ ਜਿਹੜੀ ਇਹ ਰਿਕਾਰਡਿੰਗ ਆ, ਮੈਂ ਕਹਿੰਦਾ ਕਿ ਮੈਂ ਤੁਹਾਨੂੰ ਵੀ ਦਿਆਂਗਾ, ਥਾਣੇ ਵੀ ਉਹਦੀ ਇਨਫੋਰਮੇਸ਼ਨ ਦੇਤੀ, ਔਰ ਜੇ ਉਹਦਾ ਕੱਲ੍ਹ ਨੂੰ ਕੋਈ ਨੁਕਸਾਨ ਹੁੰਦਾ ਰਿਤਿਕ ਅਰੋੜਾ ਦਾ, ਤਾਂ ਉਹਦਾ ਜ਼ਿੰਮੇਵਾਰ ਜਿਹੜਾ ਇਹ ਸਾਰੇ ਜਿਹੜੇ ਨਵੇਂ ਬਦਲਾਅ ਵਾਲੇ ਨੇ ਉਹ ਹੋਣਗੇ। ਔਰ ਮੈਂ ਆਪਦੇ ਸਾਰੇ ਹੀ ਕਾਂਗਰਸ ਦੇ ਲੀਡਰ ਸਾਹਿਬਾਨਾਂ ਦਾ, ਸਾਰੇ ਅਹੁਦੇਦਾਰਾਂ ਦਾ, ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਔਰ ਸਾਰੇ ਉਹਨਾਂ ਵੋਟਰ ਭੈਣ ਭਰਾਵਾਂ ਦਾ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਔਰ ਮੈਂ ਸਦਾ ਉਹਨਾਂ ਸਦਾ ਰਿਣੀ ਹਾਂ, ਔਰ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਜਿਹੜਾ ਸਹਾਈ ਹੋਵਾਂਗਾ, ਉਹਨਾਂ ਦਾ ਜਿਹੜਾ ਦੁੱਖ ਦਰਦ ਹੋਊਗਾ ਉਹ ਮੇਰਾ ਦੁੱਖ ਦਰਦ ਹੋਵੇਗਾ। ਬਿਲਕੁਲ, ਲੀਡ ਦੀ ਗੱਲ ਕਰ ਲਈਏ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਸੀ, ਔਰ ਸ਼ਹਿਰ ਦੇ ਵਿੱਚੋਂ ਵੀ ਲੀਡਰ ਇਸ ਟੀਮ ਨੂੰ ਲੈ ਕੇ ਲੀਡਸ ਨਿਕਲੀਆਂ ਸ਼ੁਰੂ ਹੋ ਗਈਆਂ ਅੰਮ੍ਰਿਤਪਾਲ ਨੂੰ ਲੈ ਕੇ, ਔਰ ਲਗਾਤਾਰ ਵੈਸੇ ਵੀ ਚਲੋ ਤੂੰ ਦੂਸਰੇ ਨੰਬਰ 'ਤੇ ਤੁਸੀਂ ਆਏ ਹੋ ਔਰ ਆਮ ਆਦਮੀ ਪਾਰਟੀ ਵਾਲੇ ਤੀਸਰੇ ਨੰਬਰ 'ਤੇ ਆਏ ਨੇ, ਉਸ ਨੂੰ ਕਿਸ ਤਰ੍ਹਾਂ ਦੇਖ? ਗੱਲ ਇਹ ਆ ਕਿ ਪਹਿਲੇ ਦੂਜੇ ਤੀਜੇ ਦੀ ਤਾਂ ਕੋਈ ਗੱਲ ਹੀ ਨਹੀਂ, ਗੱਲ ਇਹ ਆ ਕਿ ਲੋਕ ਕੀ ਚਾਹੁੰਦੇ ਆ, ਵੋਟ ਪਰਸੈਂਟੇਜ ਘੱਟ ਗਈ ਨਾ, ਲੋਕ ਕੀ ਚਾਹੁੰਦੇ ਆ, ਲੋਕ ਅੱਜ ਕੱਲ੍ਹ ਜੋ ਚਾਹੁੰਦੇ ਆ, ਲੋਕ ਚਾਹੁੰਦੇ ਆ ਕਿ 2020 ਜੋ ਚੱਲਿਆ ਸੀ ਪਿੱਛੇ, ਔਰ ਇਹਦੇ ਵਿੱਚ ਗੁਰਬੰਤ ਪੰਨੂ ਵਰਗੇ ਜਿਹੜੇ ਆ ਉਹ ਕਾਮਯਾਬ ਹੋਏ ਆ। ਔਰ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਿ ਅੱਜ ਲੋਕਾਂ ਨੇ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਬਹੁਤ ਵੱਡਾ ਫਤਵਾ ਦਿੱਤਾ, ਔਰ ਅੱਜ ਸਾਨੂੰ ਪੰਜਾਬ ਨੂੰ ਸੰਭਾਲਣ ਦੀ ਲੋੜ ਆ। ਅੱਜ ਕਿਤੇ ਉਹਨਾਂ ਲੋਕਾਂ ਦੇ ਮਗਰ ਲੱਗ ਕੇ ਕਿਤੇ ਗਲਤ ਕਿਰਾਏ ਨਾ ਪੈ ਜਾਓ, ਕਿਉਂਕਿ ਸਾਨੂੰ ਪਤਾ ਤੁਸੀਂ ਅੰਦਰ ਬੈਠੇ ਹੋ, ਤੁਹਾਡਾ ਪਰਿਵਾਰ ਇਹੋ ਜਿਹਾ ਕੰਮ ਨਹੀਂ ਕਰਵਾ ਸਕਦਾ। ਪਰ ਜਿਹੜੀਆਂ ਹੁਣ ਤੋਂ ਹੀ ਕਾਂਗਰਸੀਆਂ ਨੂੰ ਕੌਲਾਂ ਆਉਣੀਆਂ ਸ਼ੁਰੂ ਹੋ ਗਈਆਂ, 2-2 ਕਰੋੜ ਰੁਪਈਆ ਮੰਗਣ ਲੱਗ ਪਏ, ਤਾਂ ਉਹਦੇ ਵਿੱਚ ਇਹ ਵੇਖੋ ਕਿ ਉਹਦੇ 'ਚ ਬਦਨਾਮੀ ਕਹਿੰਦੀ ਹੋ ਰਹੀ ਹੈ, ਕਿਉਂਕਿ ਇਹ ਸਾਰਾ ਜਿਹੜਾ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਸੀ ਕਿ ਏਜੰਸੀਆਂ ਦਾ ਕੰਮ ਆ, ਔਰ ਅੱਜ ਵੀ ਇਹ ਗੱਲ ਕਹਿੰਦੇ ਹਾਂ ਕਿ ਏਜੰਸੀਆਂ ਦਾ ਕੰਮ। ਇਸ ਕਰਕੇ ਮੇਰੀ ਇਹ ਭਾਈ ਸਾਹਿਬ ਨੂੰ, ਮੈਂਬਰ ਪਾਰਲੀਮੈਂਟ ਨੂੰ ਇਹ ਬੇਨਤੀ ਆ ਕਿ ਇਹਨਾਂ ਵੱਲ ਥੋੜ੍ਹਾ ਜਿਹਾ ਧਿਆਨ ਦਿਓ, ਔਰ ਜਿਹੜੇ ਤੁਸੀਂ ਤਾਂ ਹੁਣ ਬਾਹਰ ਆਉਣਾ ਹੀ ਆਉਣਾ, ਗੱਲ ਇਹ ਆ ਕਿ ਉਹ ਜਿਹੜੇ ਸਾਥੀ ਦੂਜੇ ਨੇ ਉਹਨਾਂ ਦਾ ਵੀ ਜ਼ਰੂਰ ਸੋਚਿਓ, ਉਹਨਾਂ ਨੂੰ ਜ਼ਰੂਰ ਲੈ ਕੇ ਆਇਓ, ਤਾਂ ਕਿ ਜਿਹੜੇ ਆ ਕਿ ਉਹ ਵਿਚਾਰੇ ਨਾ ਅੰਦਰ ਰੁੱਲ ਜਾਣ, ਕਿਉਂਕਿ ਅੱਜ ਤੱਕ ਮੈਂ ਵੇਖਿਆ ਕਿ ਜਿੰਨੀ ਲੀਡਰਸ਼ਿਪ ਹੋਈ ਹੈ ਉਹਨਾਂ ਨੇ ਆਪਦਾ ਹੀ ਬਚਾਅ ਕੀਤਾ, ਆਪਦਾ ਹੀ ਪੱਖ ਰੱਖਿਆ, ਅਤੇ ਦੂਜੇ ਲੋਕ ਜਿਹੜੇ ਆ ਉਵੇਂ ਦੇ ਉਵੇਂ ਜਿਹੜੇ ਰਹਿ ਗਏ। ਇਸ ਕਰਕੇ ਮੇਰੀ ਬੇਨਤੀ ਹੈ, ਕਿਉਂਕਿ ਬਾਕੀ ਜਿਹੜੀ ਝਾੜੂ ਦੀ ਗੱਲ ਆਪਾਂ ਕਰਦੇ ਹਾਂ, ਝਾੜੂ ਦੀ ਗੱਲ ਹੈ ਕਿ ਝਾੜੂ ਨੂੰ ਤਾਂ ਆਪਦੀ ਜ਼ਬਾਨ ਲੈ ਗਈ, ਠੀਕ ਹੈ, ਸਾਡੇ ਵਰਕਰਾਂ ਨੇ ਮਿਹਨਤ ਕੀਤੀ, ਸਾਡੇ ਲੀਡਰਸ਼ਿਪ ਨੇ ਦਿਲੋਂ ਦਿਨ ਰਾਤ ਇੱਕ ਮਿਹਨਤ ਕੀਤੀ, ਅਸੀਂ ਤਾਂ ਸੈਕਿੰਡ ਨੰਬਰ 'ਤੇ ਰਹੇ। ਉਹ ਅੱਜ ਉਹ ਵਿਰਸਾ ਸਿੰਘ ਮਲਟੋਵਾ ਜਿਹੜਾ ਕੱਲ੍ਹ ਦਾ ਇੱਕ ਬਿਆਨ ਦੇ ਰਿਹਾ ਸੀ, ਕਹਿੰਦਾ ਮੈਂ ਪਹਿਲੇ ਨੰਬਰ 'ਤੇ, ਅੱਜ ਬਾਕੀ ਪਹਿਲੇ ਨੰਬਰ 'ਤੇ ਆਇਆ, ਸਭ ਤੋਂ ਪਿਛਲਿਆਂ 'ਚੋਂ ਪਹਿਲੇ ਨੰਬਰ 'ਤੇ ਆਇਆ। ਔਰ ਮੈਂ ਗੱਲ ਕਹਿੰਦਾ ਕਿ ਵਿਰਸਾ ਸਿੰਘ ਮਲਟੋਵਾ ਜੀ ਨੂੰ ਔਰ ਸੁਖਬੀਰ ਸਿੰਘ ਬਾਦਲ ਜੀ ਨੂੰ ਮੈਂ ਬੇਨਤੀ ਕਰਦਾ ਕਿ ਸੁਖਬੀਰ ਸਿੰਘ ਬਾਦਲ ਜੀ, ਜਿੰਨੀ ਮਾੜੀ ਹਾਲਾਤ ਤੁਹਾਡੇ ਹੋਏ ਨੇ ਔਰ ਜਿੰਨੀ ਮਾੜੀ ਹਾਰ ਤੁਹਾਡੀ ਹੋਈ ਹੈ, ਤੁਹਾਨੂੰ ਚਾਹੀਦਾ ਹੈ ਕਿ ਇੱਕ ਬਿਨਾਂ ਘਰ ਵਾਲੀ ਤੋਂ ਤੁਸੀਂ ਕਿਸੇ ਨੂੰ ਜਿਤਾ ਨਹੀਂ ਸਕੇ, ਬਾਕੀ ਸਾਰੇ 5ਵੇਂ ਨੰਬਰ 'ਤੇ ਆਏ, ਕੋਈ 4ਥੇ ਨੰਬਰ 'ਤੇ ਆ,
ਇਸ ਕਰਕੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਔਰ ਉਹ ਇੱਕ ਬਿਜ਼ਨਸਮੈਨ ਨੇ ਆਪਦਾ ਬਿਜ਼ਨਸ ਕਰਨ ਕਿਉਂਕਿ ਅਕਾਲੀ ਦਲ ਉਹਨਾਂ ਨੇ ਬਿਲਕੁਲ ਖਤਮ ਕਰਕੇ ਰੱਖ ਦਿੱਤਾ ਔਰ ਸਾਰੇ ਹੀ ਕਾਂਗਰਸੀ ਜਿਹੜੇ ਸਾਡੇ ਲੀਡਰ ਜਿੱਤੇ ਨੇ ਜਿਹੜੀਆਂ ਅਸੀਂ 7 ਸੀਟਾਂ 'ਤੇ ਅੱਗੇ ਜਾ ਰਹੇ ਹਾਂ ਔਰ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹ ਪ੍ਰਧਾਨ ਉਹਨਾਂ ਦੀ ਪ੍ਰਧਾਨਗੀ ਹੇਠ 7 ਸੀਟਾਂ ਵੀ ਅਸੀਂ ਜਿੱਤ ਰਹੇ ਹਾਂ ਔਰ ਉਹ ਖੁਦ ਜਿੱਤ ਰਹੇ ਨੇ।